ਇਹ ਸਪਿਰਚੁਅਲ ਸੈਗਮੈਂਟ ਏਐਮਸੀ ਇੰਸ਼ੋਰੈਂਸ ਸਰਵਿਸਿਜ਼ ਵੱਲੋਂ ਸਪਾਂਸਰ ਕੀਤਾ ਗਿਆ ਹੈ। 604-507-6666 ਤੇ ਫੋਨ ਕਰੋ। ਅੱਜ ਦੇ ਸੈਗਮੈਂਟ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਜੀ, ਅਤੇ ਮੇਰਾ ਸਾਥ ਦੇਣਗੇ ਮਨਮੋਹਨ ਸਿੰਘ ਜੀ, ਜਿਹੜੇ ਸਾਨੂੰ ਦੱਸਣਗੇ ਗੁਰੂ ਗ੍ਰੰਥ ਸਾਹਿਬ ਜਿਸ ਨੂੰ ਕਿ ਅਸੀਂ ਆਪਣਾ ਗੁਰੂ ਕਹਿੰਦੇ ਹਾਂ, ਉਸਦੀ ਕੀ ਕੰਪੋਜੀਸ਼ਨ ਹੈ, ਇਹ ਕੰਪੋਜੀਸ਼ਨ ਵਿੱਚ ਅਸੀਂ ਕੀ ਸਿੱਖਣਾ ਹੈ, ਆਓ ਜਾਣਕਾਰੀ ਲੈਂਦੇ ਹਾਂ ਸਰਦਾਰ ਮੋਹਨ ਸਿੰਘ ਜੀ ਤੋਂ। ਜੀ ਹਾਂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਥੈਂਕ ਯੂ ਜੀ। ਜਦੋਂ ਗੱਲ ਕਰਦੇ ਗੁਰੂ ਗ੍ਰੰਥ ਸਾਹਿਬ ਦੀ, ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ ਹੈਗਾ, 1430 ਅੰਕ ਸਾਨੂੰ ਪਤਾ ਹੈਗੇ ਨੇ, ਪਰ ਚਾਹਾਂਗੇ ਥੋੜੀ ਜਿਹੀ ਜਾਣਕਾਰੀ ਦੀ ਸਾਨੂੰ, ਇਸਦੀ ਕੰਪੋਜੀਸ਼ਨ ਜੋ ਹੈਗੀ ਹੈ ਕੀ ਹੈ ਅਤੇ ਇਸ ਚੋਂ ਕੀ ਅਸੀਂ ਸਿੱਖ ਸਕਦੇ ਹਾਂ। ਰਾਈਟ, ਓਕੇ ਜੀ। ਮੈਂ ਪਹਿਲਾਂ ਕਹਿ ਚੁੱਕਿਆ ਹੈਗਾ ਬਈ ਰੱਬ ਕੀ ਹੈਗਾ। ਮੈਂ ਇਹ ਵੀ ਨਤੀਜੇ 'ਤੇ ਪਹੁੰਚਿਆ ਆਪਣੀ ਖੋਜ ਕਰਕੇ ਵੀ ਰੱਬ ਦੇ ਦੋ ਹਿੱਸੇ ਨੇ, ਇੱਕ ਤਾਂ ਹੈਗਾ ਕਰਤਾ ਪੁਰਖ ਜਿਹੜਾ ਕ੍ਰੀਏਟਰ ਪਾਰਟ ਹੈਗਾ ਜਿਹਨੇ ਕ੍ਰੀਏਸ਼ਨ ਬਣਾਈ ਆ, ਦੂਸਰਾ ਜਿਹੜੇ ਗੁਣ ਹੈਗੇ ਨੇ ਵਰਚੂਜ਼ ਜਿਹੜੀ ਗੁਰਬਾਣੀ ਹੋਈ। ਓਕੇ, ਹੁਣ ਦੇਖੋ ਇਹ ਗੁਰਬਾਣੀ ਵਿੱਚ ਹੀ ਲਿਖਿਆ ਹੋਇਆ, ਪੇਜ 1226 'ਤੇ, ਸਾਰਗ ਮਹਿਲਾ 5, ਪੋਥੀ ਪਰਮੇਸ਼ਰ ਕਾ ਥਾਨ ਜੀ, ਪੋਥੀ ਪਰਮੇਸ਼ਰ ਕਾ ਥਾਨ ਪੋਥੀ ਹੋ ਗਈ ਇਹ ਜਿਹੜਾ ਗੁਰੂ ਗ੍ਰੰਥ ਸਾਹਿਬ ਆ ਜੀ, ਇਹਦੇ ਵਿੱਚੋਂ ਤੁਹਾਨੂੰ ਰੱਬ ਮਿਲ ਸਕਦਾ, ਰੱਬ ਦਾ ਟਿਕਾਣਾ ਇੱਥੇ ਆ, ਉਹਦੇ ਗੁਣਾਂ ਨਾਲ ਭਰਿਆ ਹੋਇਆ। ਓਕੇ, ਸੋ ਦਿਸ ਇਜ਼ ਵੇਅਰ ਯੂ ਫਾਈਂਡ ਗੋਡ, ਗੋਡ ਦੀ ਸਾਰੀ ਸਿਫਤ ਸਲਾਹ ਇਹਦੇ ਵਿੱਚ ਹੈਗੀ ਆ। ਪਰ ਪੋਥੀ ਪਰਮੇਸ਼ਰ ਕਾ ਥਾਨ, ਇਸ ਪੋਥੀ ਵਿੱਚ ਗੋਡ ਦੀ ਸਿਫਤ ਸਲਾਹ ਹੈਗੀ ਆ। ਅਤੇ ਜਿੱਦਾਂ ਮੈਂ ਕਹਿ ਚੁੱਕਿਆ ਹੈਗਾ ਜਿਹੜਾ ਗੋਡ ਦਾ ਦੂਸਰਾ ਹਿੱਸਾ ਮੈਂ ਕਿਹਾ ਹੈਗਾ ਉਹ ਉਹਦੇ ਗੁਣ ਨੇ। ਸੋ ਦਿਸ ਇਜ਼ ਵੇਅਰ ਯੂ ਫਾਈਂਡ ਗੋਡ ਜੀ ਇਨ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਠੀਕ ਹੈ, ਯੈਸ। ਅਤੇ ਹੁਣ ਆਪਾਂ ਨੂੰ ਸਾਰਿਆਂ ਨੂੰ ਪਤਾ ਹੈਗਾ ਵੀ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈਗਾ ਇਹ ਸਿੱਖਾਂ ਵਾਸਤੇ ਇੱਕ ਗਾਈਡ ਬਣਾਈ ਹੋਈ ਆ, ਕੋਡ ਆਫ ਲਿਵਿੰਗ, ਤਾਂ ਕਿ ਅਸੀਂ ਅੱਛੇ ਹਿਊਮਨ ਬੀਇੰਗ ਬਣ ਸਕੀਏ। ਅਤੇ 1430 ਪੇਜ ਨੇ, ਇਹਨਾਂ 'ਚੋਂ 1429 ਪੇਜ ਗੁਰਮਤ ਦੇ ਨੇ ਜੀ, ਅਤੇ ਜਿਹੜਾ ਲਾਸਟ ਪੇਜ ਆ ਉਹ ਉਹਦੇ 'ਚ ਗੁਰਮਤ ਕੋਈ ਹੈ ਨਹੀਂ ਗੀ ਜੀ। ਓਕੇ, ਇਰੈਲੀਵੈਂਟ ਹੈਗਾ ਜਿਹੜਾ ਗੁਰੂ ਗ੍ਰੰਥ ਸਾਹਿਬ ਆ। ਮੇਰੇ ਖਿਆਲ ਮੁਤਾਬਕ ਆਪਾਂ ਇਹਨੂੰ 3 ਹਿੱਸਿਆਂ 'ਚ ਵੰਡ ਸਕਦੇ ਹਾਂ ਜੀ। ਓਕੇ, ਪਹਿਲਾ ਜਿਹੜਾ ਹੈਗਾ ਪੇਜ 14 ਤੱਕ, ਇਹ ਜਿਹੜੀਆਂ ਬਾਣੀਆਂ ਨੇ ਜਪਜੀ ਸਾਹਿਬ ਤੋਂ ਲੈ ਕੇ, ਇਹ ਫਾਰ ਡੇਲੀ ਰੈਸੀਟੇਸ਼ਨ। ਓਕੇ, ਰਹਿ ਰਾਸ ਸੋਲੇ ਫਾਰ ਡੇਲੀ ਰੈਸੀਟੇਸ਼ਨ। ਦੂਸਰਾ ਜਿਹੜਾ ਸੈਕਸ਼ਨ ਆ ਇਹ ਬਲਕ ਹੈਗਾ ਗੁਰੂ ਗ੍ਰੰਥ ਸਾਹਿਬ ਜੀ ਦਾ, ਪੇਜ 14 ਤੋਂ ਲੈ ਕੇ 1453 ਤੱਕ ਇਹ ਰਾਗਾਂ ਦਾ ਸੈਕਸ਼ਨ ਹੈਗਾ ਜੀ। 1414 ਤੋਂ ਲੈ ਕੇ 1453 ਤੱਕ, 1440 ਪੇਜ, 1353 1354 ਸੋਰੀ ਕਹਿ ਵੀ 1353 ਤੱਕ ਜੀ। ਇਟਸ ਕੰਪੋਜ਼ਡ ਇਨ ਰਾਗਸ ਐਂਡ ਵਿਲ ਗੋ ਇਨ ਟੂ ਦੈਟ ਲਿਟਲ ਮੋਰ। ਅਤੇ ਉਦੋਂ ਬਾਅਦ ਜਿਹੜਾ ਤੀਸਰਾ ਹੈਗਾ ਉਹ ਹੈਗਾ ਸਲੋਕਾਂ ਦਾ, ਉਹਦੇ ਵਿੱਚ ਉਹ ਹੈਗਾ ਪੇਜ 1353 ਤੋਂ 1429 ਤੱਕ। ਅਤੇ ਹੁਣ ਆਪਾਂ ਗਾਹਾਂ ਇਹ ਇਕੱਲੇ ਇਕੱਲੇ ਦਾ ਥੋੜ੍ਹਾ ਜਿਹਾ ਜ਼ਿਕਰ ਕਰਦੇ ਹਾਂ ਜੀ। ਓਕੇ, ਜਿੱਦਾਂ ਮੈਂ ਇਹ ਵੀ ਕਹਿ ਚੁੱਕਿਆ ਹੈਗਾ ਬਈ ਇਹ ਜਿਹੜੀ ਗੁਰਬਾਣੀ ਆ ਇਸ ਫਾਰ ਦੀ ਮਾਇੰਡ ਜੀ, ਸੋ ਵੀ ਹੈਵ ਟੂ ਥਿੰਕ ਆਫ ਇਟ ਇਨ ਸਪਿਰਚੁਅਲ ਟਰਮ। ਗੁਰੂ ਗ੍ਰੰਥ ਸਾਹਿਬ ਇਜ਼ ਵੈਰੀ ਸਿੰਪਲ ਐਂਡ ਇਟਸ ਲੋਜੀਕਲ, ਜੇ ਤੁਸੀਂ ਧਿਆਨ ਨਾਲ ਪੜ੍ਹੋਗੇ, ਧਿਆਨ ਨਾਲ ਪੜ੍ਹਨਾ ਪੈਂਦਾ ਹੈਗਾ। ਓਕੇ, ਵੈਰੀ ਸਿੰਪਲ। ਅਤੇ ਆਹ ਜਿਹੜਾ ਆਲ ਦਿਸ ਜਮਣਾ ਮਰਨਾ ਲਿਖਿਆ ਹੋਇਆ, ਆਵਾਗਾਉਣ ਲਿਖਿਆ ਹੋਇਆ, ਇਹ ਜਸਟ ਰਿਫਰਸ ਟੂ ਸਪਿਰਚੁਅਲ ਡੈਥ। ਓਕੇ, ਇਹ ਉਹ ਨਹੀਂ ਹੁੰਦੀ ਵੀ ਕਦੇ ਕਦੇ ਹੋ ਜਾਂਦੀ ਆ, ਤੁਸੀਂ ਦਿਹਾੜੀ 'ਚ ਕਈ ਕਈ ਦਫਾ ਮਾਰ ਸਕਦੇ ਹੋ, ਡਿਪੈਂਡਿੰਗ ਔਨ ਵਟ ਕਾਇੰਡ ਆਫ ਬੈਡ ਥਿੰਗਸ ਯੂ ਆਰ ਡੂਇੰਗ। ਰਾਈਟ, ਓਕੇ। ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਜਪਜੀ ਸਾਹਿਬ ਆ ਉਹਦੇ ਵਿੱਚ 37ਵੀਂ ਪੌੜੀ 'ਚ ਕਰਮਖੰਡ 'ਚ ਲਿਖਿਆ ਹੋਇਆ। ਓਕੇ, ਜਦੋਂ ਤੁਸੀਂ ਉਸ ਅਵਸਥਾ ਵਿੱਚ ਪਹੁੰਚ ਜਾਂਦੇ ਹੋ ਜੀ, ਓਕੇ, ਤੁਸੀਂ ਸਪਿਰਚੁਅਲੀ ਦੁਆਰਾ ਨਹੀਂ ਮਰਦੇ ਹੈਗੇ ਜੀ। ਉਹਨਾਂ ਨੇ ਲਫ਼ ਸਪਿਰਚੁਅਲ ਨਹੀਂ ਵਰਤਿਆ ਹੋ ਗਿਆ, ਉੱਥੇ ਲਿਖਿਆ ਗਿਆ ਤੁਸੀਂ ਦੁਆਰਾ ਨਹੀਂ ਮਰਦੇ ਹੈਗੇ, ਪਰ ਸਪਿਰਚੁਅਲੀ ਨਹੀਂ ਮਰਦੇ ਹੈਗੇ, ਅਤੇ ਨਾ ਹੀ ਤੁਹਾਨੂੰ ਮਾਇਆ ਪ੍ਰਭਾਵ ਪਾ ਸਕਦੀ ਆ ਜੀ ਉਸ ਅਵਸਥਾ ਵਿੱਚ ਜਾ ਕੇ। ਓਕੇ, ਵਿਲਕਮ ਟੂ ਦੈਟ ਟੂ ਇਨ ਅਨਦਰ ਸੈਗਮੈਂਟ। ਓਕੇ,
ਰੀਇਨਕਾਰਨੇਸ਼ਨ ਜਿਹੜਾ ਪੁਰਬ ਜਨਮ ਆ ਇਹਦੇ 'ਚ ਰਿਜੈਕਟ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਵਿੱਚ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਡੈਫੀਨੇਸ਼ਨ ਆਫ ਸੋਲ ਇਟਸ ਪਾਰਟ ਆਫ ਗਾਡ, ਜਿੱਦਾਂ ਆਪਾਂ ਕਹਿ ਚੁੱਕੇ ਹਾਂ, ਕਬੀਰ ਜੀ ਦੀ ਵੀ ਬਾਣੀ ਲਿਖੀ ਸੀਗੀ ਇਸ 871 ਪੇਜ 'ਤੇ, ਉਹ ਕਹਿੰਦੇ ਸਿਰਫ ਇਹਦਾ ਗੋਡ ਦਾ ਹਿੱਸਾ ਹੈਗਾ, ਰੱਬ ਦਾ ਹਿੱਸਾ ਹੈਗਾ। ਓਕੇ, ਅਤੇ ਸਿਰਫ ਗੁਰਬਾਣੀ ਨੂੰ ਪੜ੍ਹਨਾ ਇਟਸ ਨੋਟ ਇਨਫ, ਯੂ ਹੈਵ ਟੂ ਅੰਡਰਸਟੈਂਡ ਇਟ। ਮੇ ਬੀ ਯੂ ਡੋਂਟ ਟਰਾਈ ਟੂ ਫਿਨਿਸ਼ ਸੋ ਮੈਨੀ ਪੇਜਿਸ, ਮੇ ਬੀ ਟੇਕ ਵਨ ਸ਼ਬਦ, ਮੇ ਬੀ ਡੇਲੀ ਹੁਕਮਨਾਮਾ, ਥਿੰਕ ਅਬਾਊਟ ਇਟ। ਓਕੇ, ਹੁਣ ਆਪਾਂ ਜੇ ਸ਼ੁਰੂ ਕਰੀਏ ਪਹਿਲੇ ਪਾਰਟ ਤੋਂ, ਜਿਹੜਾ ਮੂਲ ਮੰਤਰ ਤੋਂ ਸ਼ੁਰੂ ਹੁੰਦਾ ਹੈਗਾ ਜੀ, ਉਹ ਤਾਂ ਮੂਲ ਮੰਤਰ ਹੈ ਜਿਸ ਤਰ੍ਹਾਂ ਇੰਟਰੋਡਕਸ਼ਨ ਹੁੰਦੀ ਆ ਸਾਰੇ ਦੀ। ਓਕੇ, ਉਦੋਂ ਗਾਹਾਂ ਇੱਕ ਇੰਟਰੋਡਕਟਰੀ ਸਲੋਕ ਲਿਖਿਆ ਹੋਇਆ, ਉਹਦਾ ਨਾਂ ਹੈਗਾ ਜਪ। ਜਪ ਉਹਦਾ ਮਤਲਬ ਇਹ ਆ ਵੀ ਉਦੋਂ ਜਿਹੜੀ ਗਾਹਾਂ ਪੌੜੀ ਆਉਣੀ ਆ ਉਹ ਜਪਣ ਵਾਸਤੇ ਹੈਗੀ, ਸਿਮਰਨ ਵਾਸਤੇ ਹੈਗੀ ਆ, ਰੀਸਾਈਟ ਫਰੋਮ ਦੈਨ ਨਾਉਨ। ਓਕੇ, ਇਹ ਜਿਹੜਾ ਜਪਜੀ ਸਾਹਿਬ, ਇਹਦੇ 'ਚ ਜਿਹੜੀਆਂ ਸਾਰੀਆਂ ਦੁਨੀਆ 'ਚ ਐਗਜ਼ਿਸਟਿੰਗ ਕੰਡੀਸ਼ਨਸ ਨੇ ਉਹ ਡਿਸਕ੍ਰਾਈਬ ਕੀਤੀਆਂ ਹੋਈਆਂ ਨੇ, ਅਤੇ ਐਨ ਗੁਰੂ ਜੀ ਨੇ ਦੱਸਿਆ ਵੀ ਇਹ ਸਾਨੂੰ ਕਿਸ ਤਰ੍ਹਾਂ ਰੱਬ ਨਾਲੋਂ ਤੋੜੀ ਰੱਖਦੀਆਂ, ਜੁਦਾ ਰੱਖਦੀਆਂ ਨੇ, ਅਤੇ ਐਂਡ ਵਿੱਚ ਜਾ ਕੇ 5-step ਫਾਰਮੂਲਾ ਦਿੱਤਾ ਹੋਇਆ, ਪੌੜੀ 34-37 ਤੱਕ, ਜਿਹਨਾਂ 'ਚੋਂ 5 ਖੰਡ ਆਉਂਦੇ ਨੇ। ਓਕੇ, ਹਾਊ ਟੂ ਗੈਟ ਆਊਟ, ਮੂਵ ਫਰੋਮ ਆਰਡੀਨਰੀ ਲਾਈਫ ਟੂ ਬਿਕਮ ਏ ਨੇਕ ਪਰਸਨ। ਓਕੇ, ਦੈਟਸ ਵਾਟ ਇਟ ਡਸ। ਅਤੇ ਜਿਹੜਾ ਰਹਿ ਰਾਸ ਦਾ ਸੈਕਸ਼ਨ ਆ, ਇਟਸ ਫਾਰ ਦੀ ਈਵਨਿੰਗ ਪ੍ਰੇਅਰਸ। ਗਾਹਾਂ ਜਿਹੜੇ ਨਾਲ ਸੋਲੇ ਆਏ ਨੇ ਉਹ ਹੁੰਦਾ ਬੈਡ ਟਾਈਮ। ਆਲ ਦੀ ਰਾਗਸ ਦੇ ਹੈਵ ਸਮ ਸਪੈਸੀਫਿਕ ਟਾਈਮਸ ਵਨ ਦੇ ਆਰ ਸਪੋਜ਼ ਟੂ ਬੀ ਸੰਗ ਵਰਐਵਰ, ਬਟ ਯੂ ਕੈਨ ਡੂ ਇਟ ਐਨੀ ਟਾਈਮ ਆਈ ਥਿੰਕ। ਹੁਣ ਦੂਸਰਾ ਪਾਰਟ ਜਿਹੜਾ ਮੈਂ ਕਹਿ ਚੁੱਕਿਆ ਵੀ ਇਹ ਬਲਕ ਆਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈਗਾ, ਰਾਗਾਂ ਵਿੱਚ ਕੰਪੋਜ਼ ਹੋਇਆ, ਅਤੇ ਇਹਦੇ ਵਿੱਚ 31 ਰਾਗ ਨੇ ਅਤੇ 6 ਇਹਦੇ 'ਚ ਡੂਅਲ ਰਾਗ ਨੇ, ਜਿੱਦਾਂ ਬਸੰਤ ਹੰਡੋਲ। ਓਕੇ, ਅਤੇ ਰਾਗ ਬਸੰਤ ਵੀ ਹੈਗਾ। ਸੋ 31 ਅਤੇ 6 ਟੋਟਲ ਆਫ 37 ਰਾਗ ਇਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਜਿਹੜੇ ਇਹ ਸ਼ਬਦ ਨੇ ਆਪਾਂ ਕੰਪੋਜੀਸ਼ਨ ਕਹਿ ਦਿੰਦੇ ਹਾਂ, ਇਹ ਆਥਰ ਦੇ ਮੁਤਾਬਕ ਅਰੇਂਜ ਕੀਤੇ ਨੇ। ਪਹਿਲਾਂ ਪਹਿਲੀ ਪਾਤਸ਼ਾਹੀ ਦੇ ਮਹਿਲਾ, ਪਹਿਲਾ ਮਹਿਲਾ, ਤੀਸਰਾ, ਚੌਥਾ, ਪੰਜਵਾਂ, ਫਿਰ ਨੌਵਾਂ ਜੀ। ਹਾਂਜੀ, ਉਦੋਂ ਬਾਅਦ ਭਗਤਾਂ ਦੀ ਬਾਣੀ ਆਉਂਦੀ ਆ। ਭਗਤਾਂ ਦੀ ਬਾਣੀ ਸਟਾਰਟ ਹੁੰਦੀ ਕਬੀਰ ਜੀ ਨਾਲ। ਓਕੇ, ਅਤੇ ਰਾਗ ਜਿਹੜੇ ਨੇ ਇਹ ਡਿਪੈਂਡ ਕਰਦਾ, ਕੋਈ ਬੜੇ ਲੰਮੇ ਨੇ, ਕਈ ਛੋਟੇ ਛੋਟੇ ਵੀ ਹੈਗੇ। ਜਿੱਦਾਂ ਰਾਗ ਗੌੜੀ ਆ, ਜੇ ਸੁਖਮਣੀ ਸਾਹਿਬ ਆ, ਉਹ ਸਾਰਿਆਂ ਤੋਂ ਵੱਡਾ ਰਾਗ ਹੈਗਾ, ਉਹਦੇ 199 ਪੇਜ ਨੇ, ਅਤੇ ਹੋਰ ਰਾਗ ਹੈਗੇ ਜਿਹੜੇ 1 ਪੇਜ ਦੇ ਨੇ, 2 ਪੇਜ ਦੇ ਵੀ ਹੈਗੇ ਨੇ। ਸੋ ਦੇ ਵੇਰੀ। ਓਕੇ, ਅਤੇ ਇੱਕ ਫਿਰ ਇਹਨਾਂ 'ਚ ਹੋਰ ਸਿਸਟਮ ਹੈਗਾ, ਇਹ ਤਾਂ ਹੋ ਗਏ ਨਾ ਰਾਗ ਵੀ ਪਹਿਲਾਂ ਪਹਿਲੇ ਪਾਤਸ਼ਾਹੀ ਦੇ, ਫਿਰ ਤੀਜੀ ਦੇ, ਹੈ ਕਿ ਨਹੀਂ, ਚੌਥੀ ਪੰਜਵੇਂ ਦੇ। ਜਿਹੜੇ ਪਹਿਲਾਂ ਪਹਿਲੀ ਪਾਤਸ਼ਾਹੀ ਦੇ ਆਉਂਦੇ ਨੇ ਉਹ ਅਰੇਂਜ ਕੀਤੇ ਨੇ ਬਈ ਉਹਨਾਂ 'ਚ ਤੁੱਕਾਂ ਕਿੰਨੀਆਂ ਨੇ, ਸਟੈਂਜ਼ੇ ਕਿੰਨੇ ਨੇ ਉਹਨਾਂ ਵਿੱਚ, 4 ਤੁੱਕਾਂ ਵਾਲੇ ਜਾਂ 2 ਵਾਲੇ, 3 ਵਾਲੇ। ਓਕੇ, ਅਤੇ ਉਦੋਂ ਬਾਅਦ ਉਹਨਾਂ ਨੂੰ ਕਹਿੰਦੇ ਅਸ਼ਟਪਦੀਆਂ, ਉਹਨਾਂ 'ਚ 8 ਸਟੈਂਜ਼ੇ ਹੁੰਦੇ ਨੇ ਅਤੇ ਜਾਂ ਜ਼ਿਆਦਾ ਵੀ ਹੋ ਸਕਦੇ ਨੇ। ਓਕੇ, ਇਨ ਐਡੀਸ਼ਨ ਟੂ ਦੀਸ, ਗੁਰਬਾਣੀ ਵਿੱਚ 22 ਵਾਰਾਂ ਨੇ, ਆਪਾਂ ਸੁਣਿਆ ਹੋਣਾ ਜਿੱਦਾਂ ਆਸਾ ਦੀ ਵਾਰ ਹੈਗੀ ਆ, ਹੈ ਕਿ ਨਹੀਂ, ਇੱਦਾਂ ਦੀਆਂ 22 ਨੇ, ਉਹਨਾਂ 'ਚੋਂ 21 ਲਿਖੀਆਂ ਜਾਂ ਗੁਰੂ ਜੀ ਦੀਆਂ, ਇੱਕ ਹੋਰ ਲਿਖੀ ਹੋਈ ਆ, ਅਤੇ ਉਹ ਵੀ ਕੋਈ ਵੱਡੀਆਂ ਨੇ ਅਤੇ ਕੋਈ ਛੋਟੀਆਂ ਨੇ। ਜਿਹੜੀ ਇੱਕ ਗੌੜੀ ਰਾਗ ਵਿੱਚ ਹੈਗੀ ਆ ਉਹ 18 ਪੇਜ ਦੀ ਹੈਗੀ ਆ, ਅਤੇ ਇੱਕ ਹੋਰ ਹੈਗੀ ਆ ਉਹ ਅੱਧਾ ਹੀ ਪੇਜ ਹੈਗਾ ਬਸੰਤ ਰਾਗ ਵਿੱਚ। ਸੋ ਦੇ ਵੇਰੀ। ਓਕੇ, ਅਤੇ ਜਿਹੜੀਆਂ ਪਹਿਲਾਂ ਗੁਰੂ ਜੀ ਨੇ 12 ਲਿਖੀਆਂ ਸੀਗੀਆਂ, ਉਹਨਾਂ ਸਿਰਫ ਪੌੜੀਆਂ ਹੀ ਸੀਗੀਆਂ, ਜਿੱਦਾਂ ਆਸਾ ਦੀ ਵਾਰ ਆ ਜੀ, ਉਹਨਾਂ ਵਿੱਚ ਸ਼ਬਦ ਵੀ ਹੈਗੇ, ਸਲੋਕ ਵੀ ਹੈਗੇ ਨੇ, ਪਰ ਜਿਹੜੀ ਓਰਿਜਿਨਲ ਵਾਰ ਲਿਖੀ ਸੀਗੀ ਗੁਰੂ ਨਾਨਕ ਦੇਵ ਜੀ ਨੇ, ਉਹ ਸਿਰਫ ਪੌੜੀਆਂ ਹੀ ਸੀਗੀਆਂ ਜੀ। ਉਦੋਂ ਬਾਅਦ ਗੁਰੂ ਅਰਜਨ ਦੇਵ ਜੀ ਨੇ ਜਦੋਂ ਇਹ ਪੋਥੀ ਕੰਪਾਇਲ ਕੀਤੀ ਆ, ਉਹਨਾਂ ਨੇ ਉਹ ਸ਼ਾਮਲ ਕੀਤੇ ਨੇ। ਇਸ ਤਰ੍ਹਾਂ ਆਪਾਂ ਦੇਖਦੇ ਹਾਂ ਆਸਾ ਦੀ ਵਾਰ ਵਿੱਚ ਸੋਸ਼ਲ ਕਮੈਂਟਰੀ ਬੜੀ ਕੀਤੀ ਆ ਜੀ,
ਜਿਹੜੇ ਪੰਡਿਤ ਸੀਗੇ ਅਤੇ ਜਿਹੜੇ ਰੂਲ ਕਰਦੇ ਸੀ ਮੁਸਲਮਾਨ, ਉਹ ਲੋਕਾਂ ਨੂੰ ਕਿੰਨਾ ਦਬਾਅ ਰੱਖਦੇ ਸੀ, ਤੰਗ ਕਰਦੇ ਸੀਗੇ। ਉਹਨੇ ਬਹੁਤ ਕਮੈਂਟਰੀ ਪਾਈ ਹੈ। ਉਹ ਗੁਰੂ ਅਰਜਨ ਦੇਵ ਜੀ ਨੇ, ਉਹ ਗੁਰੂ ਨਾਨਕ ਦੇਵ ਜੀ ਅਤੇ ਹੋਰ ਜਿਹੜੇ ਗੁਰੂਆਂ ਦੇ ਸ਼ਬਦ ਉਹ ਵਿੱਚ ਸ਼ਾਮਿਲ ਕੀਤੇ ਹੋਏ ਨੇ। ਦੈਟਸ ਹਾਊ ਇਟ ਵਰਕਸ ਜੀ। ਤੀਜਾ ਪਾਠ ਜਿਹੜਾ ਹੈਗਾ ਉਹਦੇ 'ਚ ਸਲੋਕ ਨੇ ਤਰ੍ਹਾਂ ਤਰ੍ਹਾਂ ਦੇ, ਕਬੀਰ ਜੀ ਦੇ ਨੇ, ਫਰੀਦ ਜੀ ਦੇ ਨੇ। ਕਬੀਰ ਜੀ ਦੇ ਸਲੋਕ ਹੋਰ ਜਗ੍ਹਾ ਵਿੱਚ ਵੀ ਹੈਗੇ, ਲਾਈਕ 8-10 ਪੇਜ ਹੈਗੇ ਨੇ ਹੋਰ ਜਗ੍ਹਾ ਵੀ, ਪਰ ਇਹ ਸੈਕਸ਼ਨ ਵਿੱਚ ਇਹ ਜਿਹੜੇ ਨੇ ਆਲ ਸਲੋਕਸ, ਓਕੇ, ਨੋ ਅਦਰ ਸ਼ਬਦ ਸਰ ਐਨੀਥਿੰਗ ਜੀ। ਸੋ ਉਦੋਂ ਬਾਅਦ ਇੱਕ ਹੋਰ ਸੈਕਸ਼ਨ ਆਉਂਦਾ ਹੈਗਾ, ਉਹਨੂੰ ਕਹਿੰਦੇ ਸਲੋਕ 12 ਅਤੇ ਵਧੀਕ। ਹੁਣ ਕਿੰਨੇ ਹੀ ਸ਼ਬਦ ਅਤੇ ਸਲੋਕ ਇਹ 12 ਵਿੱਚ ਪਾ ਦਿੱਤੇ ਹੋਏ ਸੀਗੇ ਗੁਰੂ ਅਰਜਨ ਦੇਵ ਜੀ ਨੇ, ਅਤੇ ਜਿਹੜੇ ਬਾਕੀ ਰਹੇ ਸੀ ਉਹਨਾਂ ਨੂੰ ਕਿਹਾ ਗਿਆ 12 ਅਤੇ ਵਧੀਕ, ਉਹ ਇਸ ਸੈਕਸ਼ਨ ਵਿੱਚ ਹੈਗੇ ਨੇ। ਓਕੇ, ਰਾਈਟ। ਅਤੇ ਐਂਡ ਵਿੱਚ ਜਾ ਕੇ ਇਸ ਸੈਕਸ਼ਨ ਦੇ ਆਉਂਦਾ ਹੈਗਾ ਸਲੋਕ ਮਹਿਲਾ 9, ਮਦਾਵਣੀ ਮਹਿਲਾ 5 ਅਤੇ ਸਲੋਕ ਮਹਿਲਾ 5। ਦਿਸ ਇਜ਼ ਦੀ ਐਂਡ ਆਫ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰੂ ਜਿਹੜੀ ਗੁਰਮਤ ਹੈਗੀ ਆ, ਸਲੋਕ ਮਹਿਲੇ 5 ਨਾਲ ਉੱਥੇ ਖਤਮ ਹੁੰਦੀ ਆ, 13 ਕੀਤਾ ਜਾਤੋ ਨਾਹੀਂ। ਓਕੇ, ਮੈਂ ਐਪਰੀਸ਼ੀਏਟ ਨਹੀਂ ਕੀਤਾ ਹੈਗਾ, ਰੱਬ ਨੂੰ ਕਹਿ ਰਹੇ ਨੇ ਜੋ ਤੁਸੀਂ ਮੇਰੇ ਵਾਸਤੇ ਕੀਤਾ ਹੈਗਾ, 13 ਕੀਤੋ ਜਾਤੋ ਨਾਹੀਂ। ਓਕੇ, ਅਤੇ ਜਿਹੜੀ ਲਾਸਟ ਕੰਪੋਜੀਸ਼ਨ ਹੈਗੀ ਆ ਪੇ 1430 ਅਤੇ 29 'ਤੇ ਸ਼ੁਰੂ ਹੁੰਦੀ ਆ, ਉਹਦਾ ਆਥਰ ਦਾ ਸਾਨੂੰ ਕੋਈ ਨਹੀਂ ਪਤਾ ਵੀ ਕਿਹਨੇ ਲਿਖੀ ਆ। ਓਕੇ, ਆਪਾਂ ਅੱਗੇ ਵੀ ਗੱਲ ਕਰ ਚੁੱਕੇ ਹਾਂ, ਇਹਦੇ ਕੋਈ ਸਪਿਰਚੁਅਲ ਮੀਨਿੰਗ ਹੈ ਨਹੀਂ ਗਾ, ਇਹਦੇ 'ਚ ਸਿਰਫ ਰਾਗਾਂ ਦਾ ਇੰਡੈਕਸ ਜਿਹਾ ਹੀ ਹੈਗਾ ਜੀ, ਹੋਰ ਕੁਛ ਵੀ ਨਹੀਂ ਇਹਦੇ 'ਚ। ਇਹਦੇ 'ਚ ਜਿੰਨੇ ਰਾਗ ਲਿਖੇ ਹੋਏ ਨੇ ਉਹਨਾਂ ਦਾ ਟੋਟਲ ਬਣਦਾ 84। ਓਕੇ, ਗੁਰੂ ਗ੍ਰੰਥ ਸਾਹਿਬ ਵਿੱਚ ਨੇ 37। ਹੁਣ ਕਿੰਨੇ ਰਾਗ ਨੇ ਜਿਹੜੇ ਉਹਦੇ ਰਾਗਮਾਲਾ 'ਚ ਲਿਖੇ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਨਹੀਂ, ਅਤੇ ਇਸੇ ਤਰ੍ਹਾਂ ਜਿਹੜੇ ਗੁਰੂ ਗ੍ਰੰਥ ਸਾਹਿਬ ਵਿੱਚ ਹੈਗੇ ਨੇ ਉਹ ਰਾਗਮਾਲਾ 'ਚ ਨਹੀਂ, ਇਹਨਾਂ ਦਾ ਕੋਈ ਸੰਬੰਧ ਹੈ ਨਹੀਂ ਗਾ ਜੀ। ਜਦੋਂ ਰਿਸਰਚ ਕਰਦੇ ਹਾਂ ਉਦੋਂ ਫਿਰ ਪਤਾ ਲੱਗਦਾ ਵੀ ਇਹ ਜਿਹੜਾ ਰਾਗਮਾਲਾ ਇਹ ਨਾਚ ਦਾ ਸੌਂਗ ਸੀਗਾ। ਇਹ ਜਿਹੜੇ ਨਿਰਮਲੇ ਸਿੱਖ ਨੇ ਜਿਹੜੇ ਗੁਰਦੁਆਰਾ 'ਤੇ ਅੱਜ ਵੀ ਕੰਟਰੋਲ, ਆਪਾਂ ਉਹਨਾਂ ਨੂੰ ਵੋਟਾਂ ਪਾ ਕੇ ਦੁਬਾਰਾ ਵਿੱਚ ਪਾਈ ਜਾਂਦੇ ਹਾਂ, ਉਹਨਾਂ ਨੇ ਪੁਆਏ ਸੀਗੇ 1930 ਦੇ ਕਰੀਬ। ਐਨੀਵੇਜ਼, ਹਾਂਜੀ। ਸੋ ਇਹ ਕੰਪੋਜੀਸ਼ਨ ਹੋਈ ਗੁਰੂ ਗ੍ਰੰਥ ਸਾਹਿਬ ਦੀ, ਸਾਰਾ ਜਿਹੜਾ ਤੁਸੀਂ ਦੱਸਿਆ ਹੈਗਾ। ਹਾਂਜੀ, ਤੁਸੀਂ ਖੰਡਾਂ ਦਾ ਜ਼ਿਕਰ ਕੀਤਾ ਹੈਗਾ ਸੀ ਕਿ ਸਟੇਜਸ ਨੇ ਉਸ ਲੈਵਲ ਤੱਕ ਪਹੁੰਚਣ ਵਾਸਤੇ ਜਿਹੜਾ ਕਿ ਗੁਰੂ ਸਾਹਿਬ ਕਹਿੰਦੇ ਹੈਗੇ ਨੇ, ਉਸ ਬਾਰੇ ਤੁਹਾਡੇ ਤੋਂ ਜਾਣਕਾਰੀ ਲੈਣੀ ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ, ਅਤੇ ਹੋਰ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਕੰਪੋਜੀਸ਼ਨ ਉਸ ਵਿੱਚ ਹੋਰ ਕੁਝ ਮੇਜਰ ਥਿੰਗ ਹੈਗੀ ਜਿਹੜੀ ਸਾਨੂੰ ਪਤਾ ਹੋਣੀ ਚਾਹੀਦੀ। ਆਈ ਲਾਈਕ ਟੂ ਟਾਕ ਅਬਾਊਟ ਜੀ, ਓ ਆਈ ਸ਼ੁਡ ਗੋ ਔਨ ਨਾਓ। ਓਕੇ, ਗੁਰੂ ਗ੍ਰੰਥ ਸਾਹਿਬ ਬੜਾ ਪ੍ਰੀਸਾਈਜ਼ ਜੀ, ਆਪਾਂ ਨੂੰ ਆਮ ਨਹੀਂ ਪਤਾ ਹੈਗਾ, ਮੇਰਾ ਖਿਆਲ ਹੈ 95% ਸਿੱਖਾਂ ਨੂੰ ਨਹੀਂ ਪਤਾ ਹੈਗਾ, ਬੜਾ ਪ੍ਰੀਸਾਈਜ਼ ਹੈਗਾ। ਇਹਦਾ ਮੈਨਾ ਆਹ ਹੀ ਹੈਗਾ, ਇਉਂ ਨਹੀਂ ਵੀ ਜੀ ਆਪਣਾ ਆਪਣਾ ਹੋ ਗਿਆ, ਨੋ। ਓਕੇ, ਇਹਦੇ ਵਿੱਚ ਗ੍ਰੈਮਰ ਹੈਗੀ ਆ ਜੀ, ਗ੍ਰੈਮਰ ਨੂੰ ਕੀ ਕਿਹਾ ਤਾਂ ਵਿਆਕਰਨ। ਓਕੇ, ਗ੍ਰੈਮਰ ਹੈਗੀ ਇਹਦੇ 'ਚ, ਜਿਸ ਤਰ੍ਹਾਂ ਲਫਜ਼ ਹੈਗਾ ਭਗਤ ਜੀ, ਉਹ ਤਿੰਨ ਤਰ੍ਹਾਂ ਸਪੈਲ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਵਿੱਚ, ਰਾਈਟ। ਓਕੇ, ਇੱਕ ਜਿਹੜਾ ਹੈਗਾ ਭੱਬਾ ਗੱਗਾ ਅਤੇ ਤੱਤੇ 'ਤੇ ਸਿਹਾਰੀ ਲਾਈ ਆ ਜੀ, ਉਹਦਾ ਵਰਬ ਬਣ ਜਾਂਦਾ, ਉਹਦਾ ਮਤਲਬ ਹੈਗਾ ਭਗਤੀ ਕਰਨੀ, ਭਗਤੀ ਕਰੋ ਭਗਤ। ਓਕੇ, ਅਤੇ ਜੇ ਭਗਤ ਦੇ ਤੱਤੇ ਹੇਠਾਂ ਔਂਕੜ ਲੱਗੀ ਆ ਉਹ ਸਿੰਗੂਲਰ ਬਣ ਜਾਂਦਾ ਹੈਗਾ, ਉਹ ਇੱਕ ਭਗਤ ਨੂੰ ਐਡਰੈਸ ਕਰ ਰਹੇ ਨੇ। ਓਕੇ, ਜਾਂ ਤੁਸੀਂ ਤੁਹਾਨੂੰ ਐਡਰੈਸ ਕਰ ਰਹੇ ਨੇ। ਅਤੇ ਜੇ ਕੋਈ ਇਸ ਤਰ੍ਹਾਂ ਨਾ ਹੋਵੇ ਸਿਹਾਰੀ ਜਾਂ ਔਂਕੜ ਵਗੈਰਾ ਨਾ ਹੋਵੇ, ਤੱਤਾ ਉੱਦਾਂ ਹੀ ਖਾਲੀ ਹੋਵੇ, ਇਹਦਾ ਮਤਲਬ ਜਨਰਲ ਭਗਤਾਂ ਨੂੰ, ਭਗਤੀ ਨੂੰ ਐਡਰੈਸ ਕਰ ਰਹੇ ਨੇ। ਓਕੇ, ਹੁਣ ਇਹਦੀ ਮੈਂ ਇੱਕ ਮਿਸਾਲ ਤੁਹਾਨੂੰ ਦਿੰਦਾ ਹੈਗਾ ਜੀ। ਓਕੇ, ਵੰਡਰਫੁਲ ਮਿਸਾਲ ਗ੍ਰੈਮਰ ਦੀ ਇਹ ਹੈਗੀ ਆ, ਪੇਜ 965 ਵਿੱਚ ਵਾਰ ਹੈਗੀ ਆ ਗੁਰੂ ਅਰਜਨ ਦੇਵ ਜੀ ਦੀ ਅਤੇ ਰਾਮਕਲੀ ਰਾਗ ਵਿੱਚ, ਮਹਿਲਾ 5। ਆਹਰ ਸਭ ਕਰਦਾ ਫਿਰੇ, ਆਹਰ ਇੱਕ ਨਾ ਹੋਏ ਜੀ, ਨਾਨਕ ਜਿਤ ਆਹਰ ਜਗ ਉਧਰੇ, ਬਿਰਲਾ ਬੂਝੇ ਕੋਈ। ਕੋਈ ਤੋਂ ਕੁਛ ਦਿਨ ਵਾਰ ਆਹਰ
ਲਫ਼ਜ਼ ਇਸਤੇਮਾਲ ਆਹਰ ਉਹ ਤਿੰਨ ਦਫ਼ਾ ਆ ਗਿਆ ਰਾਈਟ ਜਿਸ ਤਰ੍ਹਾਂ ਮੈਂ ਭਗਤ ਦੀ ਮਿਸਾਲ ਦਿੱਤੀ ਆ ਠੀਕ ਹੁਣ ਜਿਹੜਾ ਪਹਿਲਾ ਆਹਰ ਆ ਆਹਰ ਸਭ ਕਰਦਾ ਫਿਰੇ ਆਹਰ ਦੇ ਹੇਠਾਂ ਕੋਈ ਉਹ ਲਗਾ ਮਾਤਰਾ ਜੀ ਹੈ ਨਹੀਂ ਗੀ ਇਹਦਾ ਮਤਲਬ ਆ ਲੋਕ ਬੜੇ ਤਰੀਕੇ ਤਰੀਕੇ ਜੇ ਕੱਢ ਕੇ ਟਰਾਈ ਕਰ ਰਹੇ ਨੇ ਜੀ ਓਕੇ ਆਹਰ ਸਭ ਕਰਦਾ ਫਿਰੇ ਆਹਰ ਇੱਕ ਨਾ ਹੋਏ ਇਹ ਜਿਹੜੀ ਆਹਰ ਰਾਰੇ ਹੇਠਾਂ ਔਂਕੜ ਹੈਗੀ ਆ ਇੱਕ ਇੱਕ ਜਿਹੜਾ ਤਰੀਕਾ ਉਹ ਨਹੀਂ ਕੋਈ ਕਰਦਾ ਹੈਗਾ ਆਹਰ ਇੱਕ ਨਾ ਹੋਏ ਉਹ ਨਹੀਂ ਹੁੰਦੀ ਹੈਗੀ ਜਿਹੜੀ ਕਰਨੀ ਚਾਹੀਦੀ ਉਹ ਨਹੀਂ ਹੁੰਦੀ ਹੈਗੀ ਨਾਨਕ ਜਿੱਤ ਆਹਰ ਜੱਗ ਉਧਰੇ ਜਿਹੜਾ ਆਹ ਆਹਰ ਹੈਗਾ ਇਹਦੇ ਰਾਰੇ ਦੇ ਸਿਹਾਰੀ ਹੈਗੀ ਆ ਜਿਹੜੀ ਮਿਹਨਤ ਕਰਨ ਨਾਲ ਓਕੇ ਤੁਸੀਂ ਤੁਹਾਨੂੰ ਮੁਕਤੀ ਮਿਲ ਜਾਂਦੀ ਆ ਬਿਰਲਾ ਬੁੱਝੇ ਕੋਈ ਸੋ ਇਹ ਜੀ ਗ੍ਰਮੈਟਿਕ ਜਿਹੜੇ ਹੈਗੇ ਗ੍ਰੈਮਰ ਇਸ ਦੀ ਬੜੀ ਇੰਪੋਰਟੈਂਸ ਹੈਗੀ ਕਿਉਂਕਿ ਬਾਣੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੀ ਗ੍ਰੈਮਰ ਜੇਕਰ ਅਸੀਂ ਨਹੀਂ ਸਮਝਦੇ ਤਾਂ ਸਾਨੂੰ ਉਹ ਲਫ਼ਜ਼ਾਂ ਦਾ ਮੀਨਿੰਗ ਹੀ ਪਤਾ ਨਹੀਂ ਲੱਗੇਗਾ ਧੰਨਵਾਦ ਇਸ ਬ੍ਰੇਕ ਤੋਂ ਬਾਅਦ ਵਾਪਸ ਆ ਓਕੇ ਜੀ ਇਹ ਸਪਿਰਚੁਅਲ ਸੈਗਮੈਂਟ AMC ਇੰਸ਼ੋਰੈਂਸ ਸਰਵਿਸਿਜ਼ ਵੱਲੋਂ ਸਪਾਂਸਰ ਕੀਤਾ ਗਿਆ ਹੈ 604-507-6666 ਤੇ ਫੋਨ ਕਰੋ 50 ਸਾਲ ਤੋਂ ਵੱਧ ਤੁਹਾਡੀ ਸੇਵਾ ਵਿੱਚ ਲੱਗਾ ਕੈਨੇਡਾ ਦਾ ਨੰਬਰ 1 ਬ੍ਰਾਂਡ ਮਿਲਸਟ੍ਰੀਮ ਆਟਾ ਡਾਕਟਰਸ ਦੁਆਰਾ ਦੱਸਿਆ ਜਾਂਦਾ ਹੈ ਕਿ ਕੁਝ ਲੋਕਾਂ ਨੂੰ ਗਲੂਟਨ ਤੋਂ ਐਲਰਜੀ ਹੁੰਦੀ ਹੈ ਇਸ ਨਾਲ ਭਾਰ ਘਟਾਉਣ ਵਿੱਚ ਮੁਸ਼ਕਿਲ ਡਿਪਰੈਸ਼ਨ ਸਿਰ ਦਰਦ ਥਕਾਨ ਚਿੜਚਿੜਾਪਨ ਅਤੇ ਹੋਰ ਵੀ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸੇ ਲਈ ਤੁਹਾਡੇ ਪਰਿਵਾਰ ਲਈ ਮਿਲਸਟ੍ਰੀਮ ਲਿਆਇਆ ਹੈ ਗਲੂਟਨ ਫ੍ਰੀ ਆਟਾ ਹੁਣ ਗਲੂਟਨ ਤੋਂ ਡਰਨ ਦੀ ਲੋੜ ਨਹੀਂ ਅੱਜ ਹੀ ਲਿਆਓ ਮਿਲਸਟ੍ਰੀਮ ਗਲੂਟਨ ਫ੍ਰੀ ਆਟਾ ਮਿਲਸਟ੍ਰੀਮ ਆਟਾ ਖਾਓ ਸਿਹਤ ਬਣਾਓ ਇਹ ਸਪਿਰਚੁਅਲ ਸੈਗਮੈਂਟ AMC ਇੰਸ਼ੋਰੈਂਸ ਸਰਵਿਸਿਜ਼ ਵੱਲੋਂ ਸਪਾਂਸਰ ਕੀਤਾ ਗਿਆ ਹੈ 604-507-6666 ਤੇ ਫੋਨ ਕਰੋ ਗੁਰੂ ਗ੍ਰੰਥ ਸਾਹਿਬ ਜੀ ਦੀ ਕੰਪੋਜੀਸ਼ਨ ਦੇ ਸੰਬੰਧ ਵਿੱਚ ਅਸੀਂ ਜਾਣਕਾਰੀ ਲੈ ਰਹੇ ਹਾਂ ਸਰਦਾਰ ਮੋਹਨ ਸਿੰਘ ਜੀ ਤੋਂ ਆਓ ਹੋਰ ਇਨਫੋਰਮੇਸ਼ਨ ਲੈਣੇ ਜੀ ਮੋਹਨ ਸਿੰਘ ਜੀ ਹੋਰ ਅੱਗੇ ਕਿਸ ਤਰ੍ਹਾਂ ਕੰਪੋਜ਼ ਕੀਤਾ ਗਿਆ ਗੁਰੂ ਗ੍ਰੰਥ ਸਾਹਿਬ ਹਾਂਜੀ ਗੁਰੂ ਗ੍ਰੰਥ ਸਾਹਿਬ ਵਿੱਚ ਸਲੋਕ ਵੀ ਹੈਗੇ ਨੇ ਸ਼ਬਦ ਵੀ ਹੈਗੇ ਨੇ ਜੀ ਪਰ ਇਹ ਕਿਤੇ ਦੱਸਿਆ ਨਹੀਂ ਗਿਆ ਹੈਗਾ ਬਈ ਸਲੋਕ ਦਾ ਮਤਲਬ ਕੀ ਆ ਅਤੇ ਸ਼ਬਦ ਦਾ ਮਤਲਬ ਕੀ ਆ ਠੀਕ ਹੈ ਮੈਨੂੰ ਕਿਸੇ ਨੇ ਪੁੱਛਿਆ ਵੀ ਸੀਗਾ ਮੇਰੇ ਖਿਆਲ ਮੁਤਾਬਕ ਜਿਹੜਾ ਸਲੋਕ ਹੈਗਾ ਇਹ ਵਰਤਿਆ ਜਾਂਦਾ ਜਿਸ ਤਰ੍ਹਾਂ ਕੋਈ ਇੰਟਰੋਡਕਸ਼ਨ ਦੇਣੀ ਹੁੰਦੀ ਆ ਠੀਕ ਹੈ ਜਿੱਦਾਂ ਜਪਜੀ ਸਾਹਿਬ ਤੋਂ ਪਹਿਲਾਂ ਜਪ ਕਿਹਾ ਗਿਆ ਹੈਗਾ ਉਹ ਜਿਹੜਾ ਫਾਲੋ ਕਰਦਾ ਦੈਟਸ ਏ ਸਲੋਕ ਰਾਈਟ ਓਕੇ ਸੋ ਪਰ ਇਹ ਹਾਰਡ ਐਂਡ ਫਾਸਟ ਕੋਈ ਰੂਲ ਹੈ ਨਹੀਂਗਾ ਜੀ ਇਹ ਵਿੱਚ ਮਿਸਾਲਾਂ ਮਿਲਦੀਆਂ ਜਿੱਥੇ ਇੰਟਰਚੇਂਜੇਬਲੀ ਯੂਜ ਕੀਤੇ ਹੋਏ ਨੇ ਜੀ ਜਿੱਦਾਂ ਮਦਾਵਣੀ ਮਹਿਲਾ ਪੰਜਵਾਂ ਹੈਗਾ ਓਕੇ 1429 ਪੇਜ 'ਤੇ ਜੀ ਪਰ ਇਹ 645 ਪੇਜ 'ਤੇ ਵੀ ਹੈ ਉੱਥੇ ਕਿਹਾ ਗਿਆ ਇਹਨੂੰ ਸਲੋਕ ਮਹਿਲਾ ਤੀਜਾ ਓਰਿਜਨਲ ਮਦਾਵਣੀ ਇਜ਼ ਦੈਟ ਵਨ ਗੁਰੂ ਅਮਰਦਾਸ ਜੀ ਨੇ ਲਿਖੀ ਹੋਈ ਆ ਜੀ ਸੋ ਇਟ ਕੈਨ ਬੀ ਏ ਸਲੋਕ ਇਟ ਕੈਨ ਬੀ ਏ ਸ਼ਬਦ ਠੀਕ ਹੈ ਓਕੇ ਇੱਕ ਹੋਰ ਵੀ ਜਗ੍ਹਾ ਹੈਗੀ ਆ ਇੱਕ ਜਗ੍ਹਾ ਸ਼ਬਦ ਹੈਗਾ ਇੱਕ ਦਫਾ ਜਗ੍ਹਾ ਸਲੋਕ ਹੈ ਸਲੋਕ ਦਾ ਤਾਂ ਬੇਸਿਕ ਮਕਸਦ ਇਹ ਨਹੀਂ ਕਿ ਸਲੋਕ ਦੇ ਵਿੱਚ ਅਸੈਂਸ ਜਿਹੜੀ ਸ਼ਬਦ ਦੀ ਉਹ ਪਾਈ ਜਾਂਦੀ ਉਹ ਪਾਈ ਜਾਂਦੀ ਆ ਰਾਈਟ ਪਰ ਇਹ ਇੰਟਰਚੇਂਜੇਬਲੀ ਯੂਜ ਕੀਤੇ ਹੋਏ ਕਈ ਜਗ੍ਹਾ ਰਾਈਟ ਕੋਟ ਬਿਗਨ ਤੇ ਸਲਾਗ ਤੇ ਓਕੇ ਉਹ ਇੱਕ ਜਗ੍ਹਾ ਤਾਂ ਉਹਨਾਂ ਨੇ ਕਿਹਾ ਹੋਇਆ ਬਈ ਇਹ ਸਲੋਕ ਹੈਗਾ ਦੂਸਰੀ ਜਗ੍ਹਾ ਸ਼ਬਦ ਹੈਗਾ ਠੀਕ ਹੈ ਸੋ ਮੇਨ ਮਤਲਬ ਜਿੱਦਾਂ ਤੁਸੀਂ ਵੀ ਕਿਹਾ ਮੈਂ ਵੀ ਕਹਿ ਚੁੱਕਿਆ ਸਲੋਕ ਦਾ ਜਿੱਦਾਂ ਇੰਟਰੋਡਕਸ਼ਨ ਹੈਗੀ ਆ ਵੀ ਕੀ ਆ ਰਿਹਾ ਠੀਕ ਹੈ ਓਕੇ ਰਾਈਟ ਆਲਰਾਈਟ ਇੱਕ ਮੈਂ ਹੋਰ ਥੋੜ੍ਹੀ ਆ ਚੀਜ਼ ਜਿਹੜੀ ਮੈਂ ਲੱਭੀ ਸੀਗੀ ਵਿੱਚੋਂ ਮੈਨੂੰ ਪਤਾ ਲੱਗਿਆ ਜੀ ਇਹ ਹੈਗੀ ਆ ਪੇਜ 1272 'ਚ ਮਲਾਰ ਰਾਗ ਵਿੱਚ ਜੀ ਕਿਉਂ ਮੈਂ ਤੁਹਾਨੂੰ ਕਿਹਾ ਸੀਗਾ ਮੈਂ ਬਾਣੀ ਦੇ ਇਕੱਲੇ ਇਕੱਲੇ ਲਫ਼ਜ਼ ਦਾ ਮਹਿਣਾ ਦੇਖਿਆ ਹੋਇਆ ਠੀਕ ਕਿਉਂਕਿ ਮੇਰੀ ਪੰਜਾਬੀ ਇੰਨੀ ਅੱਛੀ ਨਹੀਂ ਗੀ ਹੈਗੀ ਤਾਂ ਹੀ ਸਮ ਟਾਈਮ ਸਮ ਯੂ ਨੋ ਹਮਿੰਗ ਐਂਡ ਹਾਇੰਗ ਲਿਟਲ ਬਿਟ ਬਿਕਾਜ਼ ਆਈ ਐਮ ਟ੍ਰਾਈਂਗ ਟੂ ਥਿੰਕ ਆਫ ਦੀ ਵਰਡ ਕਿ ਇੰਗਲਿਸ਼ ਵਿੱਚ ਯੂ ਨੋ ਲਿਟਲ ਮੋਰ ਬਟ ਐਨੀ ਹਾਓ ਉਹ ਜਿਹੜੀ ਤੁੱਕ ਹੈਗੀ ਆ ਪੇਜ 1272 'ਤੇ ਉਹ ਲਿਖਿਆ ਹੋਇਆ ਮਲਾਰ ਮਹਿਲੇ ਪੰਜਵੇਂ ਵਿੱਚ ਮਨ ਘਣੇ ਭਰਮ ਬਣੇ ਉਮਕ ਤਰਸ ਚਾਲੈ ਪ੍ਰਭ ਮਿਲਬੇ ਕਾ ਚਾਹ ਓਕੇ ਮਨ ਘਣੇ ਭਰਮ ਬਣੇ ਮਨ ਜਿੱਦਾਂ
ਇਹ ਜਿਹੜਾ ਸੰਸਾਰ ਹੈਗਾ ਇਹ ਸਮਝ ਲਓ ਵੀ ਇਹ ਵੱਡਾ ਬਣ ਹੈਗਾ ਓਕੇ ਜੰਗਲ ਹੈਗਾ ਜੀ ਉਹਦੇ ਭਟਕਦੇ ਫਿਰਦੇ ਹਾਂ ਰਸਤਾ ਲੱਭਣ ਨੂੰ ਓਕੇ ਗਾਂ ਉਮਕ ਤਰਸ ਚਾਲੇ ਪ੍ਰਭ ਮਿਲਵੇ ਕਾ ਚਾ ਪਰ ਉਹਨੂੰ ਮਿਲਣਾ ਚਾਹੁੰਦੇ ਹਾਂ ਆਹ ਜਿਹੜਾ ਉਮਕ ਤਰਸ ਚਾਲੇ ਲਿਖਿਆ ਹੋਇਆ ਇਹ ਦੋ ਲਫ਼ ਜਿਹੜੇ ਨੇ ਪਹਿਲਾਂ ਸਾਰਾ ਗੁਰੂ ਗ੍ਰੰਥ ਸਾਹਿਬ ਜੀ ਜੋੜਿਆ ਹੁੰਦਾ ਸੀਗਾ ਜੀ ਹੈ ਕਿ ਨਹੀਂ ਫਿਰ ਤਾਂ ਕਿ ਸਾਰੇ ਲੋਕ ਬਹੁਤੇ ਲੋਕ ਪੜ੍ਹ ਸਕਣ ਉਹਨਾਂ ਨੂੰ ਲਫ਼ਜ਼ ਇਕੱਲੇ ਇਕੱਲੇ ਕੀਤੇ ਜਦੋਂ ਉਹਨਾਂ ਨੇ ਇਕੱਲੇ ਇਕੱਲੇ ਕੀਤੇ ਉਦੋਂ ਮਿਸਟੇਕ ਹੋਈ ਹੋਈ ਆ ਜਿਹੜੇ ਲਫ਼ਜ਼ ਇੱਥੇ ਉਮਕ ਤਰਸ ਲਿਖਿਆ ਹੈ ਨਾ ਇਹਦੇ ਵਿੱਚ ਚਾਹੀਦਾ ਉਮਕਤ ਰਸ ਓਕੇ ਉਮਕਤ ਰਸ ਬਈ ਉਹਦੀ ਲੌਂਗਿੰਗ ਆ ਗਈ ਜਿਹੜਾ ਰਸ ਹੈਗੀ ਆ ਰਸ ਰੱਬ ਨੂੰ ਮਿਲਣ ਦਾ ਓਕੇ ਉਹਦੀ ਮੇਰੇ ਅੰਦਰ ਚਾਹ ਹੋ ਗਈ ਹੋਈ ਆ ਇਹ ਵੀ ਪ੍ਰੋਫੈਸਰ ਸਾਹਿਬ ਸਿੰਘ ਨੇ ਜਦੋਂ ਇਹ ਇਹਦਾ ਮਹਿਨਾ ਦੱਸਿਆ ਉਹਨਾਂ ਨੇ ਇਹ ਨਹੀਂ ਕਿਹਾ ਵੀ ਉੱਥੇ ਇੱਦਾਂ ਉਹ ਗਲਤ ਹੋਇਆ ਆ ਉਹਨਾਂ ਨੇ ਉਮਕ ਤਰਸ ਜਿਹੜਾ ਵਿੱਚ ਗੁਰਬਾਣੀ ਲਿਖਿਆ ਉਹ ਤਾਂ ਵਿੱਚ ਟਰਾਂਸਲੇਸ਼ਨ ਵਿੱਚ ਉਹਦਾ ਜ਼ਿਕਰ ਹੀ ਨਹੀਂ ਕੀਤਾ ਹੈਗਾ ਉਹ ਉਮਕਤ ਰਸ ਦਾ ਕੀਤਾ ਹੋਇਆ ਠੀਕ ਹੈ ਵਨ ਵਨ ਟਾਈਮ ਮੈਂ ਇਹ ਤਾਂ ਕਿਹਾ ਵੀ ਆਈ ਲੁੱਕਡ ਇਨ ਟੂ ਇਟ ਵੈਰੀ ਡੀਪਲੀ ਓਕੇ ਓਕੇ ਗਾਹਾਂ ਹੁਣ ਮੈਂ ਕਹਿਣਾ ਹੈਗਾ ਕਈ ਕਹਿੰਦੇ ਜੀ ਆਪਣਾ ਸ੍ਰੀ ਗੁਰੂ ਸਾਹਿਬ ਜੀ ਬੜਾ ਸਿਸਟਮੈਟਿਕ ਹੈਗਾ ਜੀ ਮੈਂ ਕਹਿੰਦਾ ਵੀ ਸਿਸਟਮੈਟਿਕ ਓਨਲੀ ਇਨ ਦੀ ਸੈਂਸ ਕਿ ਜਿਹੜੀ ਜਿੱਦਾਂ ਮੈਂ ਕਿਹਾ ਨਾ ਜਿੱਦਾਂ ਬਾਈ ਆਥਰ ਫਰਸਟ ਦੈਨ ਬਾਈ ਟਾਈਪ ਆਫ ਸ਼ਬਦ ਦੈਨ ਰਾਈਟ ਦੈਨ ਵਾਰਾਂ ਓਕੇ ਉਸ ਵਿੱਚ ਕਹਿ ਸਕਦੇ ਹਾਂ ਬਈ ਇਹ ਸਿਸਟਮੈਟਿਕ ਹੈ ਸਾਇੰਟਿਫਿਕ ਹੈਗਾ ਪਰ ਜੇ ਸਾਇੰਟਿਫਿਕ ਦਾ ਨੌਲੇਜ ਕਹੀਏ ਉਹਦੇ ਵਿੱਚ ਇਹ ਹੈ ਨਹੀਂ ਗਾ ਕਿਉਂਕਿ ਆਸਾ ਦੀ ਵਾਰ ਵਿੱਚ ਜੇ ਪੜ੍ਹੀਏ ਉੱਥੇ ਉਹਨਾਂ ਨੇ ਕਿਹਾ ਜਿਹੜਾ ਸੂਰਜ ਹੈਗਾ ਧਰਤੀ ਦੇ ਆਲੇ ਦੁਆਲੇ ਘੁੰਮ ਰਿਹਾ ਉਸ ਵੇਲੇ ਉਹੀ ਸਮਝ ਹੁੰਦੀ ਸੀਗੀ ਉਦੋਂ ਬਾਅਦ ਸਾਨੂੰ ਪਤਾ ਲੱਗਿਆ ਹੋਇਆ ਵੀ ਨਹੀਂ ਧਰਤੀ ਇਜ਼ ਦੀ ਵਨ ਦੈਟਸ ਗੋਇੰਗ ਅਰਾਊਂਡ ਓਕੇ ਸੋ ਆਈ ਵੁੱਡ ਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਇਜ਼ ਵੈਰੀ ਸਿਸਟਮੈਟਿਕ ਇਟਸ ਏ ਸੋਰਸ ਆਫ ਗਿਆਨ ਅਤੇ ਯੂ ਨੋ ਸਪਿਰਚੁਐਲਿਟੀ ਆਲਰਾਈਟ ਅਤੇ ਇਹਦੇ ਵਿੱਚ ਜਿਹੜੀਆਂ ਹੋਰ ਬਾਣੀਆਂ ਨੇ ਮੈਂ ਥੋੜ੍ਹਾ ਜਿਹਾ ਉਹਨਾਂ ਦਾ ਜ਼ਿਕਰ ਕਰਨਾ ਚਾਹੁੰਦਾ ਜੀ ਕਈ ਬਾਣੀਆਂ ਨੇ ਉਹ ਬੜੀਆਂ ਬੜੀਆਂ ਲੰਮੀਆਂ ਲੰਮੀਆਂ ਨੇ ਜਿੱਦਾਂ ਅੱਠ ਦਸ ਦਸ ਪੇਜ ਜਿਹੜੀ ਸੁਖਮਣੀ ਸਾਹਿਬ ਆ ਫਾਰ ਐਗਜ਼ਾਮਪਲ ਉਹ ਤਾਂ 34 ਪੇਜ ਨੇ ਅਤੇ ਉਦੋਂ ਪਹਿਲਾਂ ਜਿਹੜੀ ਬਾਣੀ ਆਉਂਦੀ ਆ ਉਹ ਹੈਗੀ ਆ 52 ਅੱਖਰੀ ਮਹਿਲਾ ਪੰਜਵਾਂ ਉਹ ਵੀ ਉਹ ਹੈਗੀ 250 ਤੋਂ 262 ਪੇਜ ਤੱਕ ਅਤੇ ਇਹ ਜਿਹੜੀਆਂ ਬਾਣੀਆਂ ਨੇ ਲੰਮੀਆਂ ਲੰਮੀਆਂ ਇਹਨਾਂ 'ਚ ਆਮ ਤੌਰ 'ਤੇ ਸਿਰਫ ਇੱਕੋ ਹੀ ਰਹਾਉ ਹੁੰਦਾ ਰਹਾਉ ਦਾ ਮਤਲਬ ਹੈਗਾ ਇਹ ਜਿਹੜਾ ਸ਼ਬਦ ਦਾ ਕੇਂਦਰੀ ਮਕਸਦ ਹੈਗਾ ਅਤੇ ਜਿਹੜਾ ਬਾਕੀ ਵਿੱਚ ਲਿਖਿਆ ਹੋਇਆ ਉਹਨੂੰ ਸਪੋਰਟ ਕਰਦਾ ਹੈਗਾ ਓਕੇ ਅਤੇ ਇੱਕ ਹੋਰ ਬਾਣੀ ਜਿਹੜੀ ਹੈਗੀ ਆ ਲੰਮੀ ਮੈਂ ਉਹਦੀ ਜ਼ਿਕਰ ਕਰਨਾ ਚਾਹੁੰਦਾ ਉਹ ਹੈਗੀ ਆ ਰਾਮਕਲੀ ਰਾਗ ਵਿੱਚ ਹੈਗੀ ਓਅੰਕਾਰ ਜੀ ਰਾਮ ਓਅੰਕਾਰ ਰਾਮਕਲੀ ਦੱਖਣੀ ਜਦੋਂ ਗੁਰੂ ਨਾਨਕ ਦੇਵ ਜੀ ਸਿਲੋਨ ਗਏ ਸੀ ਮੰਗਲਾ ਚੰਨ ਕਹਿੰਦੇ ਸੀ ਉਹਨੂੰ ਜਦੋਂ ਵਾਪਸ ਆ ਰਹੇ ਸੀਗੇ ਉੱਥੇ ਗੁਜਰਾਤ ਵਿੱਚ ਜਿੱਥੇ ਨਰਮਦਾ ਨਦੀ ਆ ਨਾ ਉੱਥੇ ਇੱਕ ਸ਼ਿਵ ਜੀ ਦਾ ਮੰਦਰ ਸੀਗਾ ਉੱਥੇ ਠਹਿਰੇ ਅਤੇ ਉਹ ਪੰਡਿਤਾਂ ਨਾਲ ਗੱਲ ਕੀਤੀ ਅਤੇ ਦੇਖਿਆ ਉਹ ਉਹਨਾਂ ਨੂੰ ਪੜ੍ਹਾਉਣ ਲੱਗੇ ਨੇ ਅਤੇ ਉਹ ਫਿਰ ਸਾਰੀ ਉਹ ਪਾਂਡਿਆਂ ਨੂੰ ਉਪਦੇਸ਼ ਕਰਨ ਵਾਸਤੇ ਲਿਖੀ ਹੋਈ ਆ ਅਤੇ ਉਹਦਾ ਜਿਹੜਾ ਸਾਰਾ ਕੇਂਦਰੀ ਮਕਸਦ ਹੈਗਾ ਉਹ ਬਈ ਜੇ ਤੁਸੀਂ ਇਹ ਵਿੱਦਿਆ ਜਿਹੜੀ ਵੇਚ ਰਹੇ ਹੋ ਆ ਰਾਈਟ ਇਹਦੇ 'ਚ ਕੋਈ ਫਲ ਹੈ ਨਹੀਂ ਗਾ ਬਿਲਕੁਲ ਜੀ ਹਰ ਇੱਕ ਬਾਣੀ ਦੇ ਵਿੱਚ ਇੱਕ ਉਪਦੇਸ਼ ਮਿਲਦਾ ਅਤੇ ਜਿਸ ਤਰ੍ਹਾਂ ਤੁਸੀਂ ਕਿਹਾ ਸੀ ਕਿ ਸੂਰਜ ਦੇ ਬਾਰੇ ਜ਼ਿਕਰ ਕੀਤਾ ਕਿ ਧਰਤੀ ਦੇ ਆਲੇ ਦੁਆਲੇ ਘੁੰਮਦੀ ਹੈ ਮਕਸਦ ਸ਼ਾਇਦ ਉਸ ਸਮੇਂ ਕਿਉਂਕਿ ਇਹ ਪ੍ਰੈਕਟਿਸਿਸ ਚੱਲਦੀਆਂ ਸੀ ਇਹ ਦੱਸਣ ਦਾ ਸੀ ਕਿ ਇਹ ਪ੍ਰੈਕਟਿਸ ਉਸ ਸਮੇਂ ਸੋਚ ਜੋ ਸੀ ਇਹ ਉਭਰਦੀ ਸੀ ਪਰ ਤੁਹਾਡਾ ਧੰਨਵਾਦ ਇਸ ਕੰਪੋਜੀਸ਼ਨ ਜੋ ਤੁਸੀਂ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਦੱਸੀ ਹੈ ਕਿਉਂਕਿ ਜਿਸ ਚੀਜ਼ ਨੂੰ ਅਸੀਂ ਨਮਸਤਕ ਹੋਣੇ ਸਾਨੂੰ ਪਤਾ ਹੋਣਾ ਚਾਹੀਦਾ ਹੈ ਆਉਣ ਵਾਲੇ ਪ੍ਰੋਗਰਾਮਸ ਦੇ ਵਿੱਚ ਹੋਰ ਮੁੱਦੇ ਜਿਹੜੇ ਨੇ ਉਹਨਾਂ ਬਾਰੇ ਅਸੀਂ ਡਿਸਕਸ਼ਨ ਕਰਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਨਾਲ ਹੀ ਕਰਦੇ ਹਾਂ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ ਫੀਡਬੈਕ ਜ਼ਰੂਰ ਦੇਣਾ 604-603-7555 ਜਾਂ ਫਿਰ ਈਮੇਲ ਜ਼ਰੀਏ ਸੰਪਰਕ ਕਰ ਸਕਦੇ ਹੋ harpreetsingshow@gmail.com ਇੱਥੇ ਹੀ ਲੈਣਾ ਆ ਗਿਆ ਫਿਰ ਮੁਲਾਕਾਤ ਕਰਾਂਗੇ ਅਤੇ ਇੱਕ ਬੇਨਤੀ ਆਪ ਸਭ ਨੂੰ ਕਿ ਜੇਕਰ ਤੁਸੀਂ ਪ੍ਰੋਗਰਾਮ ਨੂੰ ਐਡਵਰਟਾਈਜ਼ਮੈਂਟ ਰਾਹੀਂ ਜਾਂ ਸਪੋਂਸਰਸ਼ਿਪ ਰਾਹੀਂ ਸਪੋਰਟ ਕਰ ਸਕਦੇ ਹੋ ਤਾਂ ਤੁਹਾਡੇ ਬਹੁਤ ਧੰਨਵਾਦੀ ਹੋਵਾਂਗੇ ਕਿਉਂਕਿ ਅਸੀਂ ਸਮਾਂ ਖਰੀਦਦੇ ਹਾਂ ਜੋਏ ਟੀ ਵੀ ਤੋਂ ਅਤੇ ਉਸ ਤੋਂ ਬਾਅਦ ਇਹ ਪ੍ਰੋਗਰਾਮਸ ਲੈ ਕੇ ਹਾਜ਼ਰ ਹੋਣੇ ਲੈਣਾ ਆ ਗਿਆ ਫਿਰ ਮੁਲਾਕਾਤ ਕਰਾਂਗੇ ਤਦ ਤੱਕ ਗੁੱਡ ਬਾਏ